ਜਲੰਧਰ ਦੀ ਇਲੈਕਸ਼ਨ ਦੇ ਵਿੱਚ ਜਿੱਥੇ ਕਾਂਗਰਸ ਦੇ ਸਾਰੇ ਅਹੁਦੇਦਾਰ ਇੱਥੇ ਪਹੁੰਚ ਰਹੇ ਨੇ, ਯੂਥ ਕਾਂਗਰਸ ਦੀ ਵੀ ਡਿਊਟੀ ਹੈ, ਤਾਂ ਅਸੀਂ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੇ ਕੋਲੋਂ ਵੀ ਉਹਨਾਂ ਦੀ ਪ੍ਰਤੀਕਿਰਿਆ, ਕਿਉਂਕਿ ਯੂਥ ਵਿੰਗ ਜਿਹੜਾ ਹਰਿਆਵਲ ਦਸਤਾ ਕਿਹਾ ਜਾਂਦਾ ਹੈ ਸਿਆਸੀ ਪਾਰਟੀਆਂ ਦਾ, ਤਾਂ ਉਹਦੇ ਵਿੱਚ ਸੀਨੀਅਰ ਜਨਰਲ ਸੈਕਟਰੀ ਮੋਹਿਤ ਮਿੰਦਰਾ ਜੀ ਜਿਹੜੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ, ਪੰਜਾਬ ਦੇ ਜਿਹੜੀਆਂ ਹਾਲ ਹੀ ਦੇ ਵਿੱਚ ਅਪੁਆਇੰਟਮੈਂਟਸ ਹੋਈਆਂ ਨੇ, ਇੱਕੋ ਹੀ ਅਹੁਦਾ ਕ੍ਰੀਏਟ ਕੀ, ਇੱਕੋ ਹੀ ਅਹੁਦਾ ਜਿਹੜਾ ਇਸ ਦੇ ਵਿੱਚ ਦਿੱਤਾ ਗਿਆ। ਆਮ ਤੌਰ 'ਤੇ ਜਨਰਲ ਸੈਕਟਰੀ ਵੀ ਜਿਹੜੇ ਨੇ ਜੁਆਇੰਟ ਸੈਕਟਰੀ ਉਹ ਜ਼ਿਆਦਾ ਬਣਾਏ ਜਾਂਦੇ ਨੇ, ਬਟ ਸੀਨੀਅਰ ਜਨਰਲ ਸੈਕਟਰੀ ਰਵੀ ਪ੍ਰਕਾਸ਼ ਜੀ ਆਸ਼ੂ ਜਿਹੜੇ ਨੇ ਅੰਮ੍ਰਿਤਸਰ ਤੋਂ ਔਰ ਵਧੀਆ ਯੂਥ ਕਾਂਗਰਸ ਦੇ ਵਿੱਚ ਜ਼ਿੰਮੇਵਾਰੀ ਨਿਭਾਉਂਦੇ ਨੇ, ਤਾਂ ਆਸ਼ੂ ਜੀ ਨਵੀਂ ਜ਼ਿੰਮੇਵਾਰੀ ਮਿਲੀ ਆ, ਇਸ ਦੇ ਨਾਲ ਹੀ ਇਲੈਕਸ਼ਨ ਵੀ ਆ ਗਈ ਆ, ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ? ਪਹਿਲਾਂ ਤਾਂ ਮੈਨੂੰ ਪੰਜਾਬ ਯੂਥ ਕਾਂਗਰਸ ਦਾ ਸੀਨੀਅਰ ਜਨਰਲ ਸੈਕਟਰੀ ਬਣਨ 'ਤੇ ਮੈਂ ਸਾਡੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਬੀਬੀ ਸ਼੍ਰੀਨਿਵਾਸ ਜੀ ਅਤੇ ਸਾਡੇ ਆਲ ਇੰਡੀਆ ਯੂਥ ਕਾਂਗਰਸ ਦੇ ਇੰਚਾਰਜ ਕ੍ਰਿਸ਼ਨਾ ਅਲੋਵੀਰਾ ਜੀ ਅਤੇ ਪੰਜਾਬ ਦੇ ਪ੍ਰਧਾਨ ਯੂਥ ਕਾਂਗਰਸ ਦੇ ਮੋਹਿਤ ਮਿੰਦਰਾ ਜੀ ਅਤੇ ਪੰਜਾਬ ਦੇ ਇੰਚਾਰਜ ਅਜੇ ਸ਼ਿਕਾਰਾ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੈਨੂੰ ਇਹ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਸੋ ਮੈਂ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਅਤੇ ਦਿਲੋਂ ਨਿਭਾਵਾਂਗਾ। ਦੂਸਰਾ, ਨਾਲ ਹੀ ਤੁਹਾਡੀ ਡਿਊਟੀ ਜਲੰਧਰ ਇਲੈਕਸ਼ਨ 'ਤੇ ਵੀ ਲੱਗੀ ਆ, ਮੋਹਿਤ ਮਿੰਦਰਾ ਜੀ ਵੀ ਇੱਥੇ ਆਏ ਸੀਗੇ, ਕੀ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਇਲੈਕਸ਼ਨ? ਯੂਥ ਕਾਂਗਰਸ ਵੱਲੋਂ ਸਾਡੇ ਪੰਜਾਬ ਪ੍ਰਧਾਨ ਮੋਹਿਤ ਮਿੰਦਰਾ ਜੀ ਦੀ ਡਿਊਟੀ ਲੱਗੀ ਆ 41 ਨੰਬਰ ਵਾਰਡ 'ਤੇ, 41 ਨੰਬਰ ਵਾਰਡ 'ਤੇ ਨਾਲ ਮੇਰੀ ਵੀ ਡਿਊਟੀ ਉੱਥੇ ਲੱਗੀ ਆ। ਤੋ ਅਸੀਂ ਪਿਛਲੇ 10 ਦਿਨ ਤੋਂ 41 ਨੰਬਰ ਵਾਰਡ 'ਚ ਡਟੇ ਹਾਂ, ਸੋ ਜਿਹੜਾ ਰਿਜ਼ਲਟ ਆਊਗਾ ਉਹ ਪਿਛਲੀ ਇਲੈਕਸ਼ਨ ਨਾਲੋਂ ਕਾਫੀ ਬਿਹਤਰ ਆਏਗਾ। ਅਸੀਂ ਪਿਛਲੇ 10 ਦਿਨਾਂ ਤੋਂ ਰੈਗੂਲਰ ਜਿਹੜੇ ਆ ਅਸੀਂ 41 ਨੰਬਰ ਵਾਰਡ 'ਤੇ, ਸਾਡੀ ਪੂਰੀ ਯੂਥ ਕਾਂਗਰਸ ਦੀ ਟੀਮ ਅੰਮ੍ਰਿਤਸਰ ਤੋਂ ਮੇਰੇ ਅਸੈਂਬਲੀ ਪ੍ਰੈਜ਼ੀਡੈਂਟ ਜਿੰਨੇ ਵੀ ਨੇ ਸਾਰੇ ਅਸੀਂ ਦਿਨ ਰਾਤ 41 ਨੰਬਰ ਵਾਰਡ ਦੇ ਵਿੱਚ ਮਿਹਨਤ ਕਰ ਰਹੇ ਹਾਂ, ਤੋ ਜੋ ਨਤੀਜੇ ਆਉਣਗੇ ਵਧੀਆ ਨਤੀਜੇ ਆਉਣਗੇ, ਪਹਿਲਾਂ ਨਾਲੋਂ ਬਿਹਤਰ ਨਤੀਜੇ ਆਉਣਗੇ ਜੀ। ਆਸ਼ੂ ਜੀ, ਮੈਂ ਇੱਕ ਹੋਰ ਜਾਣਨਾ ਚਾਹੁੰਦਾ ਕਿ ਯੂਥ ਕਾਂਗਰਸ ਇੱਕ ਤਾਂ ਪਾਰਟੀ ਦੀ ਪ੍ਰਚਾਰ ਕਰਦੀ ਹੈ ਕਿ ਨੌਜਵਾਨਾਂ ਨਾਲ ਵੀ ਕਨੈਕਟ ਕਰਦੀ ਆ, ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਹੋ, ਪਾਰਟੀ ਨਾਲ ਜੁੜ ਰਹੇ ਆ, ਜਾਂ ਕੋਈ ਗੱਲ ਯੂਥ ਕਾਂਗਰਸ ਦੇ ਜ਼ਰੀਏ ਕੋਈ ਗੱਲਬਾਤ ਵੀ ਤੁਹਾਡੇ ਨਾਲ ਕਰਦੇ ਨੇ, ਜਿਵੇਂ ਮੁੱਦੇ ਹੁੰਦੇ ਨੇ? ਆ ਯੂਥ ਕਾਂਗਰਸ ਦੇ ਵਿੱਚ ਜਿਹੜਾ ਯੂਥ ਆ ਬਹੁਤ ਹੀ ਤੇਜ਼ੀ ਨਾਲ ਜੁੜ ਰਿਹਾ ਹੈ, ਅਤੇ ਮੈਂ ਅਪੀਲ ਵੀ ਕਰਨਾ ਚਾਹਾਂਗਾ ਜਿਹੜੇ ਮੇਰੇ ਯੂਥ ਭਰਾ ਨੇ ਜਿਹੜੇ ਜੁੜਨਾ ਚਾਹੁੰਦੇ ਨੇ ਯੂਥ ਕਾਂਗਰਸ ਦੇ ਵਿੱਚ, ਕਿਉਂਕਿ ਯੂਥ ਕਾਂਗਰਸ ਇੱਕ ਐਸਾ ਪਲੇਟਫਾਰਮ ਹੈ ਜਿਨ੍ਹਾਂ ਦੀ ਪੋਲੀਟੀਕਲ ਬੈਕਗਰਾਉਂਡ ਨਹੀਂ ਹੈ, ਜਿਹੜੇ ਨੋਨ ਪੋਲੀਟੀਕਲ ਬੈਕਗਰਾਉਂਡ ਹੈ ਉਹ ਯੂਥ ਕਾਂਗਰਸ ਦੇ ਵਿੱਚ ਆ ਕੇ ਆਪਣੇ ਆਪ ਨੂੰ ਵਧੀਆ ਚਿਹਰਾ ਚ ਬਣਾ ਸਕਦੇ ਨੇ ਅਤੇ ਵਧੀਆ ਲੀਡਰ ਬਣ ਸਕਦੇ ਨੇ, ਕਿਉਂਕਿ ਰਾਹੁਲ ਗਾਂਧੀ ਜੀ ਦੀ ਸੋਚ ਹੈ, ਡਿਓਲਜੀ ਹੈ ਜਿਹੜੀ ਯੂਥ ਕਾਂਗਰਸ ਹੈ ਉਹ ਨੋਨ ਪੋਲੀਟੀਕਲ, ਕਿਉਂਕਿ ਜਿਹੜਾ ਸਾਡਾ ਸੰਗਠਨ ਹੈ ਕਾਂਗਰਸ ਦਾ ਬਹੁਤ ਹੀ ਪੁਰਾਣਾ ਹੈ ਅਤੇ ਵੱਡਾ ਆ। ਸੋ ਇਹਦੇ ਵਿੱਚ ਇੱਕ ਰਾਹੁਲ ਗਾਂਧੀ ਜੀ ਦੀ ਸੋਚ ਹੈ, ਵਿਚਾਰਧਾਰਾ ਹੈ ਜਿਹਦੇ ਵਿੱਚ ਯੂਥ ਕਾਂਗਰਸ ਦੇ ਵਿੱਚ ਆ ਕੇ ਯੂਥ ਕਾਂਗਰਸ 'ਚ ਮਿਹਨਤ ਕਰਕੇ ਅਤੇ ਅੱਗੇ ਵਧੀਆ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਆਸ਼ੂ ਜੀ, ਮੇਰਾ ਆਖਰੀ ਸਵਾਲ ਹੈ, ਵੈਸਟ ਹਲਕੇ ਦੀ ਪੋਜੀਸ਼ਨ ਕੀ ਰਹੇਗੀ, ਉਸ ਦੇ ਉੱਤੇ ਵੀ ਤੁਸੀਂ ਗਏ ਹੋ, ਕਿਵੇਂ ਦਾ ਰਿਜ਼ਲਟ ਰਹੇਗਾ ਪਾਰਟੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ, ਕੀ ਪੋਜੀਸ਼ਨ ਰਹੇਗੀ? ਬੜੀ ਵੱਡੀ ਲੀਡ ਨਾਲ ਵੈਸਟ ਹਲਕੇ ਤੋਂ ਜਿਹੜੀ ਕਾਂਗਰਸ ਪਾਰਟੀ ਜਿੱਤੇਗੀ ਉਹਦਾ ਕਾਰਨ ਹੈ, ਇੱਕ ਦੇਖੋ ਜਿਹੜੇ ਸਾਡੇ ਉਮੀਦਵਾਰ ਹੈ ਉਹ 4 ਵਾਰਾਂ ਤੋਂ ਕੌਂਸਲਰ ਡਿਪਟੀ ਮੇਅਰ ਰਹੇ ਨੇ, ਮਹਿਲਾ ਨੇ ਸਭ ਤੋਂ ਵੱਡੀ ਗੱਲ ਹੈ। ਸੋ ਜਿਹੜੇ ਸਭ ਤੋਂ ਵੱਡੀ ਗੱਲ, ਬੇਦਾਗ ਹੈ ਅਤੇ ਕੱਟਰ ਇੱਕੋ ਹੀ ਪਾਰਟੀ 'ਚ ਰਹੇ ਨੇ, ਜਿਹੜੇ ਬਾਕੀ ਪਾਰਟੀਆਂ ਦੇ ਲੀਡਰ ਨੇ ਜਾਂ ਜਿਹੜੇ ਕੈਂਡੀਡੇਟ ਨੇ ਉਹ ਸਾਰੇ ਦਲ ਬਦਲੂ ਨੇ, ਕੋਈ ਕਿਸੇ ਪਾਰਟੀ ਤੋਂ ਆਇਆ, ਕੋਈ ਕਿਸੇ ਪਾਰਟੀ ਤੋਂ ਆਇਆ। ਸੋ ਇਸ ਚੀਜ਼ ਦਾ ਸਾਨੂੰ ਬੜਾ ਵੱਡਾ ਫਾਇਦਾ ਮਿਲਣਾ ਹੈ ਅਤੇ ਜਲੰਧਰ ਦੇ ਲੋਕ ਜਿਹੜੇ ਬੜੇ ਸਿਆਣੇ ਆ ਉਹ ਸਮਝ ਚੁੱਕੇ ਨੇ ਕਿ ਜਿਹੜੀ ਇੱਥੇ ਹਰ ਸਾਲ ਇਲੈਕਸ਼ਨ ਕਰਾਉਣੀ ਪੈਂਦੀ ਉਹਦਾ ਕਾਰਨ ਕਿ ਜਿਹੜੇ ਦਲ ਬਦਲੂਆ ਕਰਕੇ ਇਲੈਕਸ਼ਨ ਕਰਾਉਣੀ ਪੈਂਦੀ ਆ। ਇਸ ਲਈ ਲੋਕ ਬੜੀ ਸੋਚ ਸਮਝ ਕੇ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਸੁਰਿੰਦਰ ਕੌਰ ਜੀ, ਬੀਬਾ ਜੀ, ਉਹਨਾਂ ਨੂੰ ਵੋਟ ਪਾ ਕੇ ਅਤੇ ਭਾਰੀ ਬਹੁਮਤ ਨਾਲ ਜਿਤਾਉਣਗੇ ਜੀ। ਅਸ਼ੂ ਜੀ, ਮੁਕਾਬਲਾ ਕਿਸ ਨਾਲ ਤੁਸੀਂ ਸਮਝਦੇ, ਕਿਉਂਕਿ ਹਰ ਲੀਡਰ ਦਾ ਵੱਖ ਵੱਖ ਨਜ਼ਰੀਆ ਆ, ਕੋਈ ਕਹਿ ਰਿਹਾ ਮੁਕਾਬਲਾ ਹੀ ਨਹੀਂ ਹੈਗਾ ਕਾਂਗਰਸ ਦਾ, ਹੁਣ ਭਗਵੰਤ ਮਾਨ ਸਾਹਿਬ ਦਾਵਾ ਕਰ ਰਹੇ ਕਿ ਸਾਡਾ ਵੀ ਕੋਈ ਮੁਕਾਬਲਾ ਨਹੀਂ ਆ, ਕੋਈ ਕਹਿ ਰਿਹਾ ਬੀਜੇਪੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਆ। ਤੁਸੀਂ ਵੀ ਲੋਕਾਂ 'ਚ ਗਏ ਹੋ ਯੂਥ ਕਾਂਗਰਸ ਦੇ ਉਹ ਅਹੁਦੇ ਦੇ ਉੱਤੇ, ਉਹ ਵੱਡੇ ਦੇ, ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਦਾ ਜੇ ਮੁਕਾਬਲਾ ਵਿੱਚ ਹੈਗੀ ਹੈ ਤਾਂ ਕਿਸ ਨਾਲ ਮੁਕਾਬਲਾ ਹੈ? ਮੈਂ ਜੋ ਦੇਖਿਆ ਪਿਛਲੇ 10-12 ਦਿਨ ਤੋਂ ਮੈਂ ਲਗਾਤਾਰ ਇੱਥੇ ਹਾਂ
ਕਿ ਜਿਹੜਾ ਸਾਡਾ ਕਾਂਗਰਸ ਪਾਰਟੀ ਦਾ ਮੁਕਾਬਲਾ ਉਹ ਕਿਸੇ ਨਾਲ ਵੀ ਹੈ ਨਹੀਂ ਆ। ਦੇਖੋ ਇੱਕ ਅਸੈਂਬਲੀ ਪ੍ਰੈਜ਼ੀਡੈਂਟ ਦੇ ਵਿੱਚ ਮੁੱਖ ਮੰਤਰੀ ਨੂੰ ਘਰ ਆਪਣਾ ਲੈਣਾ ਪੈ ਰਿਹਾ ਜਲੰਧਰ 'ਚ ਆ ਕੇ, ਇੱਥੇ ਰਹਿ ਗਏ ਨੇ ਅਤੇ ਆ ਮਤਲਬ ਕੋਈ 10 ਲੱਖ 15 ਲੱਖ ਕਿਸੇ ਨੂੰ 5 ਲੱਖ ਦੇ ਕੇ ਧੱਕੇ ਨਾਲ ਸਰੋਪਾ ਪਾ ਰਹੇ ਨੇ ਅਤੇ ਉਹੀ ਉਹ ਬੰਦਾ ਸ਼ਾਮ ਨੂੰ ਫਿਰ ਘਰ ਵਾਪਸੀ ਕਰ ਜਾਂਦਾ ਹੈ। ਸੋ ਇਹ ਜਿਹੜਾ ਵਾ ਨਹੀਂ ਸਿਲਸਿਲਾ ਚੱਲਣਾ, ਲੋਕ ਬੜੇ ਸਿਆਣੇ ਨੇ, ਸੂਝਵਾਨ ਨੇ। ਜਿਹੜਾ ਕਾਂਗਰਸ ਪਾਰਟੀ ਦਾ ਮੁਕਾਬਲਾ ਹੈ ਉਹ ਕਿਸੇ ਦੇ ਨਾਲ ਨਹੀਂ ਹੈ, ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਲੰਧਰ ਦੀ ਸੀਟ ਜਿੱਤੇਗੀ। ਥੈਂਕ ਯੂ ਜੀ। ਤਾਂ ਯੂਥ ਕਾਂਗਰਸ ਦੇ ਆਗੂ ਰਵੀ ਪ੍ਰਕਾਸ਼ ਜੀ, ਆਸ਼ੂ ਜੀ, ਤਾਂ ਹੋਰ ਵੀ ਆਗੂ ਨੇ ਸਾਡੇ ਇੱਥੇ, ਅਸੀਂ ਉਹਨਾਂ ਸਾਰਿਆਂ ਨਾਲ ਹੀ ਗੱਲਬਾਤ ਜਿਹੜੀ ਹੈ ਕਰ ਰਹੇ ਹਾਂ, ਪਰ ਉਹਨਾਂ ਦਾ ਦਾਅਵਾ ਹੈ ਕਿ ਕਾਂਗਰਸ ਜਿਹੜੀ ਸੀਟ ਹੈ ਵੱਡੇ ਮਾਰਜਨ ਦੇ ਨਾਲ ਜਿੱਤੇਗੀ। ਕੈਮਰਾ ਪਰਸਨ ਮੁਕੇਸ਼ ਬਾਬ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।